ਫੁਰਤੀਲਾ। ਕਾਲਜ ਵਿੱਚ ਇਹਨੂੰ ਫੁਰਤੀਲਾ ਕਹਿੰਦੇ ਸੀ, ਇਹਦੀ ਫੁਰਤੀ ਕਰਕੇ ਨਹੀਂ ਇਹਦੀਆਂ ਹਰਕਤਾਂ ਕਰਕੇ। ਜਿਹੜੀ ਟੀਮ ਜਿੱਤੂਗੀ ਉਹਦੀ ਫੋਟੋ ਕਾਲਜ ਦੇ ਪ੍ਰੋਸਪੈਕਟਸ 'ਚ ਲੱਗੂਗੀ। ਜਿੱਤਣਾ ਹੈ, ਫੋਕਸ ਕਰ ਲਓ ਆਪਣੇ ਆਪ 'ਤੇ। ਇਹ ਹੈਗੀ ਆ ਆਮ ਬੰਦੇ ਦੀ ਸਿਚੁਏਸ਼ਨ, ਤੁਹਾਡੀ ਸਿਚੁਏਸ਼ਨ ਹੈਗੀ ਆ ਆ। ਬਾਈ ਚਾਂਸ ਜੇ ਦੁਬਾਰਾ ਸੱਟ ਲੱਗ ਗਈ ਫੇਰ। ਕੰਪੀਟੀਸ਼ਨ ਨਾਲੋਂ ਜ਼ਿਆਦਾ ਧਿਆਨ ਫੁਰਤੀਲੇ ਦਾ ਨੂਰ 'ਤੇ ਸੀ, ਜਿਹਨੂੰ ਉਹ ਬਹੁਤ ਹੀ ਪਿਆਰ ਕਰਦਾ ਸੀ। ਯਾਰ ਤੈਨੂੰ ਸੋਚਣਾ ਚਾਹੀਦਾ ਉਹਦੇ ਬਾਰੇ, ਕਿੰਨਾ ਲਾਈਕ ਕਰਦਾ ਉਹ ਤੈਨੂੰ। ਉਹਦੀਆਂ ਹਰਕਤਾਂ ਤਾਂ ਦੇਖ ਲੈ, ਜੇਕਰ ਉਹ ਮੇਰਾ ਬੁਆਏਫ੍ਰੈਂਡ ਹੋਵੇ ਨਾ ਤਾਂ ਸਭ ਤੋਂ ਜ਼ਿਆਦਾ ਤੁਸੀਂ ਹੀ ਮੇਰਾ ਮਜ਼ਾਕ ਉਡਾਉਣਾ। ਕਿਸ਼ਤਾਂ ਭਰ ਕੇ ਨਾ ਚੀਜ਼ਾਂ ਖਰੀਦੀਆਂ ਜਾਂਦੀਆਂ ਨੇ, ਪਿਆਰ ਨਹੀਂ। ਕੁੜੀ ਦਾ ਪਹਿਲਾ ਪਿਆਰ ਨਾ ਪਹਿਲਾਂ ਹੀ ਹੁੰਦਾ ਤੇ ਮੁੰਡੇ ਦਾ ਇਹ ਹੈ ਪਹਿਲੀ ਸਟੇਜ, ਇਹਦੇ ਚ ਬੰਦਾ ਕੱਲਾ ਰਹਿਣਾ ਜ਼ਿਆਦਾ ਪਸੰਦ ਕਰਦਾ। ਫੇਰ ਆਉਂਦੀ ਹੈ ਸੈਕਿੰਡ ਸਟੇਜ, ਹੌਲੀ ਹੌਲੀ ਬੰਦਾ ਡਿਪਰੈਸ਼ਨ ਵੱਲ ਵੱਧਦਾ ਜਾਂਦਾ ਹੈ। ਫੇਰ ਆਉਂਦੀ ਹੈ ਤੀਜੀ ਸਟੇਜ, ਇਹਦੇ ਵਿੱਚ ਕੀ ਹੁੰਦਾ? ਸੁਸਾਈਡ। ਓ ਯਾਰ ਮੈਂ ਇਦਾਂ ਹੁੰਦਾ ਵੇਖਿਆ। ਪਿਆਰ ਦੇ ਪੈਂਡੇ ਨਾ ਬੜੇ ਲੰਬੇ ਹੁੰਦੇ। ਭਾਈ ਮੈਂ ਪੈਂਡਿਆਂ ਤੋਂ ਨਹੀਂ ਡਰਦਾ, ਗੱਲ ਤਾਂ ਇਹ ਆ ਕਿ ਮਿਲ ਵੀ ਜਾਊ ਕਿ ਨਹੀਂ। ਠੀਕ ਆ ਫਿਰ, ਰਾਂਝਾ ਹੀ ਕਾਹਦਾ ਜੀ ਤੂੰ ਹੀਰ ਨਾ ਮੰਨੀ। ਟੱਟੇ ਖੂਚ ਗਈ ਤੁਹਾਡੀ ਬਰਦਾਨਗੀ। ਕੁੱਤੇ ਦੀ ਪੂਛ ਸਿੱਧੀ ਹੋ ਸਕਦੀ ਹੈ ਪਰ ਇਹ ਨਹੀਂ ਸੁਧਰ ਸਕਦਾ।